ਇਹ ਰਾਊਂਡ ਟੇਬਲ ਇੰਡੀਆ ਜਿਹੜੀ ਹੈਗੀ ਹੈ ਸੰਸਥਾ, ਇਹਨਾਂ ਨੇ ਇੱਕ ਬੜੀ ਵੱਡੀ ਪਹਿਲ ਕੀਤੀ ਹੈ। ਇਹਨਾਂ ਨੇ ਅੱਜ ਆਕਸੀਜਨ ਕੰਸਨਟ੍ਰੇਟਰਸ ਦਾ ਜਿਹੜਾ ਬੈਂਕ ਹੈ ਉਹ ਸ਼ੁਰੂ ਕੀਤਾ ਲੁਧਿਆਣਾ ਦੇ ਵਿੱਚ। ਤੋ ਹਮਾਰਾ ਮੋਟਿਵ ਥਾ ਕਿ ਅਗਰ ਇੱਕ ਮਸ਼ੀਨ ਬੰਦੇ ਕੋ ਘਰ ਪੇ ਮਿਲ ਜਾਏ ਤੋ ਉਸਕੋ ਡੇਲੀ ਸਿਲੰਡਰ ਕੇ ਲਈ ਭਾਗਨਾ ਨਾ ਪੜੇ। ਔਰ ਅਜਿਹੇ ਕੰਮਾਂ 'ਚ ਇਹ ਹੁੰਦਾ ਵੀ ਜਿੰਨੇ ਹੱਥ ਜੁੜਨ ਉਨਾ ਹੀ ਚੰਗਾ ਹੁੰਦਾ। ਹੋਰ ਵੀ ਕੁਝ ਸੰਸਥਾਵਾਂ ਰੈੱਡ ਕਰੋਸ ਵਗੈਰਾ ਪਹਿਲਾਂ ਕਰ ਰਹੀਆਂ ਸੀ, ਰਾਊਂਡ ਟੇਬਲ ਦੇ ਕਰਨ ਨਾਲ ਇਸ ਨੂੰ ਹੋਰ ਬਹੁਤ ਵੱਡਾ ਬਲ ਮਿਲੇਗਾ। ਲੁਧਿਆਣਾ ਵਾਸੀਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਜਿਹਨੂੰ ਕਿਸੇ ਨੂੰ ਲੋੜ ਹੈ ਇਹਨਾਂ ਦੇ ਵਟਸਐਪ ਨੰਬਰ 'ਤੇ ਰਾਊਂਡ ਟੇਬਲ ਦੇ ਸੰਪਰਕ ਕਰ। ਰਾਊਂਡ ਟੇਬਲ ਇੰਡੀਆ ਸੰਸਥਾ ਵੱਲੋਂ ਆਕਸੀਜਨ ਕੌਨਸਟਰੇਟਰ ਬੈਂਕ ਦੀ ਸ਼ੁਰੂਆਤ ਕੀਤੀ ਗਈ ਹੈ। ਸਾਹ ਪ੍ਰੋਜੈਕਟ ਦੇ ਸਿਰਨਾਂ ਹੇਠ ਇਸ ਸੰਸਥਾ ਦੇ ਵੱਲੋਂ 4600 ਆਕਸੀਜਨ ਕੌਨਸਟਰੇਟਰ ਦਾਨ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤਹਿਤ 50 ਕੌਨਸਟਰੇਟਰ ਦੀ ਪਹਿਲੀ ਖੇਪ ਲੁਧਿਆਣਾ ਪਹੁੰਚੀ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕੀਤਾ। ਇਸ ਮੌਕੇ ਉਹਨਾਂ ਸੰਸਥਾ ਦੇ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮਾਜਿਕ ਸੰਸਥਾਵਾਂ ਦੇ ਨਾਲ ਨਾਲ ਨਿੱਜੀ ਸੰਸਥਾਵਾਂ ਵੱਲੋਂ ਮਾਨਵਤਾ ਦੀ ਸੇਵਾ ਲਈ ਅੱਗੇ ਆਉਣ ਨੂੰ ਵੀ ਸਰਾਹਿਆ। ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਰਾਊਂਡ ਟੇਬਲ ਇੰਡੀਆ ਜਿਹੜੀ ਹੈਗੀ ਹੈ ਸੰਸਥਾ, ਇਹਨਾਂ ਨੇ ਇੱਕ ਬੜੀ ਵੱਡੀ ਪਹਿਲ ਕੀਤੀ ਹੈ। ਇਹਨਾਂ ਨੇ ਅੱਜ ਆਕਸੀਜਨ ਕੌਨਸਨਟ੍ਰੇਟਰਸ ਦਾ ਜਿਹੜਾ ਬੈਂਕ ਹੈ ਉਹ ਸ਼ੁਰੂ ਕੀਤਾ ਲੁਧਿਆਣਾ ਦੇ ਵਿੱਚ। ਪਿੱਛੇ ਜੇ ਆਯੁਸ਼ ਜੈਨ ਜੀ ਹੋਰਾਂ ਨੇ ਅਤੇ ਇਹਨਾਂ ਦੀ ਸੰਸਥਾ ਨੇ ਰਾਊਂਡ ਟੇਬਲ ਇੰਡੀਆ ਨੇ ਜਿਹੜਾ ਇਹ ਇਹਨਾਂ ਦਾ ਪ੍ਰੋਜੈਕਟ ਹੈਗਾ ਸਾਹ, ਉਹਦੇ ਤਹਿਤ ਇਹਨਾਂ ਨੇ 4600 ਕੌਨਸਨਟ੍ਰੇਟਰਸ ਪੈਨ ਇੰਡੀਆ ਦੇਣ ਦਾ ਜਿਹੜਾ ਆਹਵਾਨ ਦਿੱਤਾ ਸੀ ਉਸ ਦੀ ਪਹਿਲੀ ਕਿਸ਼ਤ ਵਜੋਂ ਅੱਜ 50 ਕੌਨਸਨਟ੍ਰੇਟਰਸ ਜਿਹੜੇ ਹੈਗੇ ਨੇ ਉਹ ਇੰਡੀਆ 'ਚ ਇੱਥੇ ਲੁਧਿਆਣੇ 'ਚ ਇਹਨਾਂ ਨੇ ਲਾਂਚ ਕੀਤੇ ਨੇ। ਇਹਦੇ ਨਾਲ ਸਾਡੇ ਜਿਹੜੇ ਪੋਸਟ ਕੋਵਿਡ ਪੇਸ਼ੈਂਟਸ ਨੇ ਜਾਂ ਜਿਨ੍ਹਾਂ ਨੂੰ ਲੰਗ ਫਾਈਬਰੋਸਿਸ ਕਰਕੇ ਇੱਕ ਬਿਮਾਰੀ ਹੁੰਦੀ ਹੈ ਜਾਂ ਵੈਸੇ ਸਾਹ ਦੀ ਬਿਮਾਰੀ ਹੈ ਉਹਨਾਂ ਦੇ ਲਈ ਬੜੇ ਹੈਂਡੀ ਨੇ। ਬੜੀ ਅੱਛੀ ਕਿਸਮ ਦੇ ਇਹਨਾਂ ਨੇ ਬਾਹਰੋਂ ਇੰਪੋਰਟ ਕਰਕੇ ਮਸ਼ੀਨਸ ਮੰਗਾਈਆਂ ਨੇ, ਉਹ ਫਰੀ ਆਫ ਕੋਸਟ ਦੇ ਰਹੇ ਨੇ। ਬੜਾ ਹੈਸਲ ਫਰੀ ਪ੍ਰੋਸੈਸ ਹੈ। ਔਰ ਅਜਿਹੇ ਕੰਮਾਂ 'ਚ ਇਹ ਹੁੰਦਾ ਵੀ ਜਿੰਨੇ ਹੱਥ ਜੁੜਨ ਉਨਾ ਹੀ ਚੰਗਾ ਹੁੰਦਾ। ਹੋਰ ਵੀ ਕੁਝ ਸੰਸਥਾਵਾਂ ਰੈੱਡ ਕਰੋਸ ਵਗੈਰਾ ਪਹਿਲਾਂ ਕਰ ਰਹੀਆਂ ਸੀ, ਰਾਊਂਡ ਟੇਬਲ ਦੇ ਕਰਨ ਨਾਲ ਇਸ ਨੂੰ ਹੋਰ ਬਹੁਤ ਵੱਡਾ ਬਲ ਮਿਲੇਗਾ। ਮੈਂ ਉਲਟਾ ਇਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਹੈ ਕਿ ਤੁਸੀਂ ਹੋਰ ਇਹਨੂੰ ਸਟਰੈਂਥਨ ਅਪ ਕਰ ਲਓ, ਜਿੱਦਾਂ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੀਜੀ ਵੇਵ ਨਾ ਆਵੇ। ਪਰ ਕਿਉਂਕਿ ਹੁਣ ਆਪਾਂ ਨੂੰ ਤਿਆਰੀ ਤਾਂ ਪੂਰੀ ਰੱਖਣੀ ਚਾਹੀਦੀ ਹੈ, ਤਾਂ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਇਹਨੂੰ ਰੈਂਪ ਅਪ ਕਰ ਲਓ ਤਾਂ ਕਿ ਅਗਰ ਥਰਡ ਵੇਵ ਕੋਈ ਆਉਂਦੀ ਹੈ ਤਾਂ ਅਸੀਂ ਲੁਧਿਆਣਾ ਵਾਸੀਆਂ ਦੀ ਹੋਰ ਜ਼ਿਆਦਾ ਸੇਵਾ ਕਰ ਸਕੀਏ। ਔਰ ਇੱਥੇ ਡਾਕਟਰ ਊਜਾ ਸਾਹਿਬ ਦਾ ਜਿਹੜਾ ਇਹ ਕਲੀਨਿਕ ਹੈਗਾ ਇੱਥੋਂ ਇਹ ਚਲਾਉਣਗੇ ਇਹਨੂੰ। ਇਹਨਾਂ ਨੇ ਇੱਕ ਪੂਰਾ ਆਪਦਾ ਸਿਸਟਮ ਬਣਾਇਆ, ਇੱਕ ਨੰਬਰ ਇਹਨਾਂ ਨੇ ਸਰਕੂਲੇਟ ਕੀਤਾ। ਲੁਧਿਆਣਾ ਵਾਸੀਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਜਿਹਨੂੰ ਕਿਸੇ ਨੂੰ ਲੋੜ ਹੈ ਇਹਨਾਂ ਦੇ ਵਟਸਐਪ ਨੰਬਰ 'ਤੇ ਰਾਊਂਡ ਟੇਬਲ ਦੇ ਸੰਪਰਕ ਕਰਨ, ਔਰ ਇਹ ਜ਼ਰੂਰ ਉਹਨਾਂ ਦੀ ਮਦਦ ਕਰਨਗੇ। ਇਸ ਤਰ੍ਹਾਂ ਹੁੰਦਾ ਹੈਗਾ ਕਿ ਜਿਹੜੀ ਮਹਾਂਮਾਰੀ ਹੈ ਨਾ, ਇਹ ਇੱਕ ਕੋਈ ਸਧਾਰਨ ਅਵਸਥਾ ਨਹੀਂ ਹੈ ਕਿ ਇਹ 'ਚ ਇਕੱਲਾ ਸਰਕਾਰੀ ਜਾਂ ਪ੍ਰਾਈਵੇਟ ਹੀ ਚੱਲੇ, ਕਿਉਂਕਿ ਇਸ 'ਚ ਇੱਕ ਲੋਕਾਂ ਦੀ ਇੱਕ ਅਵੇਅਰਨੈਸ ਔਰ ਲੋਕਾਂ ਦੇ ਇੱਕ ਜਜ਼ਬੇ ਦਾ ਐਲੀਮੈਂਟ ਬਹੁਤ ਵੱਡਾ। ਇਟਸ ਏ ਵਾਰਲਾਈਕ ਸਿਚੁਏਸ਼ਨ ਹੈ, ਔਰ ਇਸ 'ਚ ਜਿੰਨੇ ਵੀ ਹੱਥ ਜੁੜਦੇ ਨੇ ਉਹਦੇ ਨਾਲ ਨਾ ਸਿਰਫ ਦੂਜਿਆਂ ਦੀ ਮਦਦ ਕਰਦੇ ਨੇ ਬਟ ਇੱਕ ਚੇਤਨਤਾ ਔਰ ਇੱਕ ਸਵੈ ਜ਼ਿੰਮੇਵਾਰੀ ਵੀ ਆਉਂਦੀ ਹੈ। ਮਤਲਬ ਕੋਵਿਡ ਦਾ ਇੱਕ ਆਯਾਮ ਨਹੀਂ, ਕੋਵਿਡ ਦੀਆਂ ਡਾਇਮੈਂਸ਼ਨਸ ਬਹੁਤ ਨੇ। ਕੋਵਿਡ ਦੇ ਵਿੱਚ ਬਹੁਤ ਸਾਰਾ ਆਪਣਾ ਧਿਆਨ ਰੱਖਣਾ, ਦੂਜਿਆਂ ਦਾ ਧਿਆਨ ਰੱਖਣਾ, ਜਿਹੜੇ ਬਿਮਾਰ ਲੋਕ ਨੇ ਉਹਨਾਂ ਤੱਕ ਖਾਣਾ ਪਹੁੰਚਾਉਣਾ, ਸਹੀ ਬਿਹੇਵੀਅਰ ਲਈ ਬੱਚਿਆਂ ਨੂੰ ਪ੍ਰੋਤਸਾਹਿਤ ਕਰਨਾ, ਤੋ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਦੋਂ ਆਉਂਦੀਆਂ ਨੇ ਇੱਕ ਸਮਾਜ ਦਾ ਬਿਹੇਵੀਅਰਲ ਚੇਂਜ ਦੇ ਵਿੱਚ ਇੱਕ ਬੜਾ ਵੱਡਾ ਰੋਲ ਇਹਨਾਂ ਦਾ ਬਣਦਾ। ਔਰ ਇਹਨਾਂ ਦੇ ਨਾਂ ਹੀ ਬੜਾ ਢੁੱਕਵਾਂ ਰੱਖਿਆ ਕਿਉਂਕਿ ਇਸ 'ਚ ਸਾਹ ਦੀ ਪ੍ਰੋਬਲਮ ਆਉਂਦੀ ਹੈ, ਤੋ ਪੰਜਾਬੀ 'ਚ ਇਹਨਾਂ ਨੇ ਇਹਦਾ ਨਾਂ ਹੀ ਓਪਰੇਸ਼ਨ ਸਾਹ ਰੱਖਿਆ, ਤੋ ਮੈਂ ਇਹਦਾ ਵੈਲਕਮ ਕਰਦਾ। ਲੁਧਿਆਣਾ 'ਚ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਅਜੇ ਇਹਨਾਂ ਨੇ ਸਟਾਰਟ ਕੀਤੀ ਹੈ, 4600 ਦਾ ਵਾਅਦਾ ਇਹਨਾਂ ਦਾ ਪੈਨ ਇੰਡੀਆ, ਅੱਜ 50 ਦੇ ਨਾਲ ਸ਼ੁਰੂਆਤ ਕਰ ਰਹੇ ਨੇ ਬਟ ਦੈਟ ਇਜ਼ ਸਫੀਸ਼ੀਐਂਟ ਫੋਰ ਦਿਸ ਟਾਈਮ। ਔਰ ਵੇਵ 3 ਦੇ ਲਈ ਇਹਨਾਂ ਨੇ ਵਾਅਦਾ ਕੀਤਾ ਕਿ ਹੋਰ ਇਹਨੂੰ ਵਧਾਉਣਗੇ। 18 ਤੋਂ 44 ਸਾਲ ਹਾਂ, ਇਹ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਕਿ ਪੂਰੇ ਪੰਜਾਬ ਦੇ ਵਿੱਚ 2 ਸਾਨੂੰ ਡਿਸਟਿੰਕਸ਼ਨਸ ਮਿਲੀਆਂ ਨੇ। ਇੱਕ ਤਾਂ ਇਹ ਹੈ ਕਿ ਅਸੀਂ ਸਭ ਤੋਂ ਵੱਧ ਟੀਕਾਕਰਨ ਵਾਲਾ ਜ਼ਿਲ੍ਹਾ ਬਣ ਗਏ ਹਾਂ, 7.5 ਲੱਖ ਜਿਹੜੀਆਂ ਵੈਕਸੀਨ ਡੋਜ਼ਿਜ਼ ਨੇ ਕੱਲ੍ਹ 24 ਤਰੀਕ ਸ਼ਾਮ ਤੱਕ ਲੱਗ ਚੁੱਕੀਆਂ ਸੀਗੀਆਂ, ਟੂ ਵੀ ਪ੍ਰਸਾਈਜ਼ 7,49,000 ਸਮਥਿੰਗ। ਔਰ ਇਸੇ ਤਰ੍ਹਾਂ ਹੀ ਜਿਹੜੇ 18 ਤੋਂ 44 ਦੇ ਵਿੱਚ ਵੀ ਬੜੀ ਨਿਵੇਕਲੀ ਇੱਥੇ ਪਹਿਲ ਹੋਈ ਹੈ, ਇੱਥੋਂ ਦੇ ਨੌਜਵਾਨਾਂ ਨੂੰ ਮੈਂ ਵਧਾਈ ਦਿੰਦਾ, 1,03,500 ਲੋਕ ਜਿਹੜੇ ਹੈਗੇ ਨੇ ਸਾਡੇ ਨੌਜਵਾਨ ਨੇ 18 ਤੋਂ 44 ਸਾਲ ਵਾਲੇ, ਉਹਨਾਂ ਨੂੰ ਵੈਕਸੀਨੇਸ਼ਨ ਇੱਥੇ ਹੋ ਚੁੱਕੀ ਹੈ। ਔਰ ਇੱਕ ਰਿਕਾਰਡ ਹੈ ਪੂਰੇ ਪੰਜਾਬ ਦੀ, ਜਿੰਨੀ 18 ਤੋਂ 44 ਦੀ ਵੈਕਸੀਨੇਸ਼ਨ ਹੋਈ ਹੈ ਉਸ 'ਚੋਂ 25% ਇਕੱਲੇ ਲੁਧਿਆਣੇ 'ਚ ਲੱਗੀ ਹੈ। ਕਈ ਨਹੀਂ, ਅੱਜ ਤਾਂ ਸਾਰੇ ਸੈਂਟਰ ਬੰਦ ਨੇ, ਕਿਉਂਕਿ ਕੱਲ੍ਹ ਅਸੀਂ ਇੰਨੀ ਬ੍ਰਿਸਕਲੀ
ਮੈਂ ਮੋਟੋ ਇਹ ਦਿੱਤਾ ਹੈ ਕਿ ਜੋ ਵੈਕਸੀਨ ਆ ਗਈ ਉਹ ਸੇਮ ਡੇ ਜਾਂ ਵੱਧ ਤੋਂ ਵੱਧ 48 ਘੰਟਿਆਂ 'ਚ ਲਾ ਦਿਓ। ਤਾਂ ਸਾਡੀ ਟੀਮ ਤਾਂ ਦਿਨ ਰਾਤ ਕੰਮ ਕਰਕੇ ਕੱਲ੍ਹ ਹੀ ਅਸੀਂ ਸ਼ਾਮ ਨੂੰ ਸਾਰੀ ਵੈਕਸੀਨ ਲਾਤੀ ਸੀ। ਅੱਜ ਸਿਰਫ ਔਰ ਸਿਰਫ ਕੋਵੈਕਸੀਨ ਦੀ ਸੈਕਿੰਡ ਡੋਜ਼ ਦੇ ਲਈ ਲਿਮਿਟਡ ਜੀਆਂ ਡੋਜ਼ਿਜ਼ ਨੇ, ਕਿਉਂਕਿ ਜਿਨ੍ਹਾਂ ਨੇ ਕੋਵੈਕਸੀਨ ਲਾ ਲਈ ਤਾਂ ਕਿ ਉਹਨਾਂ ਨੂੰ ਸੈਕਿੰਡ ਡੋਜ਼ ਲੱਗ ਜੇ। ਕੇਵਲ 7 ਕੈਂਪ ਅੱਜ ਚੱਲ ਰਹੇ ਨੇ, ਬਾਕੀ ਤਾਂ ਕੰਮ ਮਸਤ ਹੈ। ਜਦੋਂ ਹੁਣ ਅਗਲੀਆਂ ਡੋਜ਼ਿਜ਼ ਸਾਨੂੰ ਕੇਂਦਰ ਸਰਕਾਰ ਤੋਂ ਪ੍ਰਾਪਤ ਹੋਣਗੀਆਂ, ਅਸੀਂ ਤਿਆਰ ਬੈਠੇ ਹਾਂ, 24 ਘੰਟਿਆਂ ਦੇ ਅੰਦਰ ਅੰਦਰ ਉਹ ਵੀ ਲਾ ਦਿਆਂਗੇ। ਕਈਆਂ ਨੂੰ ਰਜਿਸਟ੍ਰੇਸ਼ਨ ਦੀ ਬੜੀ ਪ੍ਰੋਬਲਮ ਆ ਰਹੀ ਹੈ, ਜਿਹੜੇ ਰਜਿਸਟਰਡ ਨਹੀਂ ਹੋ ਰਹੇ ਜਿਹੜੇ? ਨਹੀਂ, ਹੁਣ ਤਾਂ ਵਾਕ ਇਨ ਟਾਈਪ ਹੀ ਹੈਗਾ। ਬਾਕੀ ਜੇ ਰਜਿਸਟ੍ਰੇਸ਼ਨ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ DIO ਨਾਲ ਸੰਪਰਕ ਕਰਨ। ਬਾਕੀ ਕੋਈ ਐਸੀ ਗੱਲ ਨਹੀਂ, ਮੈਂ ਤੁਹਾਨੂੰ ਦੱਸਿਆ ਵੀ ਅਸੀਂ ਤਾਂ 1 ਨੰਬਰ ਹੈ ਪੰਜਾਬ 'ਚ, 1,03,500 ਲੋਕਾਂ ਨੂੰ ਲੱਗ ਗਈ, ਤਾਂ ਇਹਦਾ ਮਤਲਬ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਹੀ ਹੋਣੀ ਹੈ। ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਸਾਡੇ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਜਿਹੜੇ ਪੁਨੀਤ ਜਨੇਜਾ ਜੀ, ਡਾਕਟਰ ਸਾਹਿਬ, ਉਹ ਹਮੇਸ਼ਾ ਸਿਵਲ ਹਸਪਤਾਲ 'ਚ ਜਾਂ ਸਿਵਲ ਸਰਜਨ ਦਫ਼ਤਰ 'ਚ ਉਪਲਬਧ ਹੁੰਦੇ ਨੇ, ਉਹਨਾਂ ਨੂੰ ਦੱਸਣ ਅਤੇ ਸਾਡੇ ਕੰਟਰੋਲ ਰੂਮ 'ਤੇ ਦੱਸਣ, ਵੀ ਵਿਲ ਹੈਲਪ ਦੈਮ। ਅਭੀ ਆਲਰੇਡੀ ਜਿਸ ਹਮਨੇ ਪ੍ਰੋਗਰਾਮ ਸ਼ੁਰੂ ਕਰਾਇਆ, ਅੱਜ ਹਮਾਰੇ ਕੋ 1 ਹਫ਼ਤਾ ਹੋਇਆ, ਇਸ 1 ਹਫ਼ਤੇ ਮੇਂ ਕਾਫੀ ਲੋਕ ਆਲਰੇਡੀ ਆਗੇ ਆ ਚੁੱਕੇ ਹੈ ਔਰ ਲਗਾਤਾਰ ਲੋਕੋ ਕੀ ਰਿਕੁਆਇਰਮੈਂਟ ਆ ਰਹੀ ਹੈ, ਰਿਕੁਆਇਰਮੈਂਟ ਕੇ ਮੁਤਾਬਿਕ ਉਨਕੋ ਮਸ਼ੀਨਸ ਦੀਏ ਜਾ ਰਹੇ ਹੈ। ਇਸਕੇ ਯੇ ਤੋ ਆਕਸੀਜਨ ਕੋਨਸਨਟ੍ਰੇਟਰਸ ਹੈ, ਇਸਕੇ ਇਲਾਵਾ ਕੁਛ ਹਾਸਪਿਟਲ ਕੀ ਸਪੋਰਟ ਵੀ ਹਮ ਕਰ ਰਹੇ ਹੈਂ, ਜੈਸੇ ਬਾਈਪੈਪ ਮਸ਼ੀਨਸ ਹਮ ਲੇਕਰ ਕੇ ਆਏ ਹੈਂ, ਟੋਟਲ 4 ਮਸ਼ੀਨਸ ਹਮ ਆਲਰੇਡੀ 2 ਹਾਸਪਿਟਲਸ ਕੋ ਦੇ ਚੁੱਕੇ ਹੈਂ। ਯੇ ਸਾਰੀ ਚੀਜ਼ੇ ਆਕਸੀਜਨ ਸੇ ਰਿਲੇਟਡ ਹੀ ਹੈਂ, ਤਾਂ ਕਿ ਬਰੀਦਿੰਗ ਕੀ ਡਿਫੀਕਲਟੀ ਵਗੈਰਾ ਖਤਮ ਕੀ ਜਾ ਸਕੇ ਔਰ ਲੋਕ ਜਲਦੀ ਤੋਂ ਜਲਦੀ ਉਨਕੋ ਆਕਸੀਜਨ ਮਿਲੇ, ਤਾਂ ਕਿ ਉਹ ਵੈਂਟੀਲੇਟਰ ਵਾਲੀ ਪੋਜੀਸ਼ਨ ਪੇ ਨਾ ਪਹੁੰਚੇ, ਉਸਸੇ ਪਹਿਲੇ ਰਿਪੇਅਰ ਹੋ ਜਾਏ। ਲੋਕਲ ਸਿਨੈਰੀਓ ਹਮਨੇ ਦੇਖਾ ਥਾ, ਹਰ ਬੰਦਾ ਆਕਸੀਜਨ ਕੇ ਲਈ ਭਾਗ ਰਹਾ ਥਾ, ਲੋਕ ਸਿਲੰਡਰ ਕੇ ਲਈ ਬਲੈਕ ਮਾਰਕੀਟਿੰਗ ਕਰ ਰਹੇ ਹੈ ਜਾਂ ਆਗੇ ਪਿੱਛੇ ਭਾਗ ਰਹੇ ਹੈ। ਤੋ ਹਮਾਰਾ ਮੋਟਿਵ ਥਾ ਕਿ ਅਗਰ 1 ਮਸ਼ੀਨ ਬੰਦੇ ਕੋ ਘਰ ਪੇ ਮਿਲ ਜਾਏ ਤੋ ਉਸਕੋ ਡੇਲੀ ਸਿਲੰਡਰ ਕੇ ਲਈ ਭਾਗਨਾ ਨਾ ਪੜੇ। ਇਸਕੇ ਲਈ ਹਮਨੇ ਫਿਰ ਇੱਕ ਪ੍ਰੋਪਰ ਸਿਸਟਮੈਟਿਕ ਚੈਨਲ ਬਣਾਇਆ, ਜਿਸਮੇ ਹਮਨੇ ਇੱਕ ਹੈਲਪਲਾਈਨ ਨੰਬਰ ਇਸ਼ੂ ਕੀਆ, ਜਿਸਪੇ ਕਾਲ ਕਰਕੇ ਪੇਸ਼ੈਂਟ ਕੀ ਡਿਟੇਲ ਲੈ ਕੇ ਉਸਕੋ ਸਾਥ ਕੇ ਸਾਥ 15 ਮਿੰਟ ਕੇ ਅੰਦਰ ਅਪਰੂਵ ਕੀਆ ਜਾਤਾ ਹੈ ਔਰ ਵੋ ਯਹਾਂ ਪੇ ਹਮਾਰੇ ਵੇਅਰ ਹਾਊਸ ਮੇਂ ਆ ਕੇ ਪੇਪਰ ਮੇਂ ਡਾਕੂਮੈਂਟ ਜਮਾ ਕਰਾ ਕੇ 1 ਹਫ਼ਤੇ ਕੀ ਮਸ਼ੀਨ ਫ੍ਰੀ ਆਫ ਕਾਸਟ ਲੈ ਜਾਤਾ ਹੈ। ਇਸ ਮਸ਼ੀਨ ਕੇ ਹਮ ਕੋਈ ਚਾਰਜਿਸ ਨਹੀਂ ਲੈ ਰਹੇ ਹੈ। ਹਫ਼ਤੇ ਕੇ ਬਾਅਦ ਅਗਰ ਪੇਸ਼ੈਂਟ ਕੋ ਮਸ਼ੀਨ ਦੁਬਾਰਾ ਚਾਹੀਏ ਤੋ ਵੋ ਦੁਬਾਰਾ ਰਿਕੁਐਸਟ ਕਰਕੇ ਆਪਣੀ ਐਕਸਟੈਂਸ਼ਨ ਬੜਾ ਸਕਤਾ ਹੈ, ਅਦਰਵਾਈਜ਼ ਵੋ ਮਸ਼ੀਨ ਕਾ ਯੂਜ਼ ਖਤਮ ਹੋਣੇ ਕਾ ਤਾਂ ਮਸ਼ੀਨ ਹਮੇ ਵਾਪਸ ਕਰ ਜਾਤਾ ਹੈ। ਇਸਕੇ ਹਮ ਕੋਈ ਚਾਰਜਿਸ ਨਹੀਂ ਲੈ ਰਹੇ ਹੈਂ। ਮਸ਼ੀਨ ਕੇ ਸਾਥ ਹਮ ਮਾਸਕ ਔਰ ਡਿਸਟਿਲ ਵਾਟਰ ਜੋ ਇਸ ਟਾਈਮ ਨੀਡ ਆਫ ਆ ਰਹਾ ਹੈ, ਲੋਕ ਪਾਣੀ ਕੀ ਵੈਲ ਲੋਕ ਇਸ ਵਿੱਚ ਕੋਈ ਵੀ ਨੋਰਮਲ ਪਾਣੀ ਡਾਲ ਦਿੰਦੇ ਹੈ, ਹਮ ਪ੍ਰੋਪਰ ਮੈਡੀਕਲ ਜੋ ਡਿਸਟਾਈਲ ਵਾਟਰ ਹੈ ਵੋ ਸਾਥ ਮੇਂ ਉਨਕੋ ਪ੍ਰੋਵਾਈਡ ਕਰਾ ਰਹੇ ਹੈਂ, ਤਾਂ ਕਿ ਆਗੇ ਬਲੈਕ ਫੰਗਸ ਜਾਂ ਕੋਈ ਹੋਰ ਪ੍ਰੋਬਲਮ ਨਾ ਆਏ। ਲੁਧਿਆਣਾ ਲਾਈਵ ਦੇ ਲਈ ਸੰਜੇ ਸੇਤੀਆ ਦੀ ਰਿਪੋਰਟ।